ਵਾਇਕੁਜੀਕਾ ਖਾਲਸਾ ਵਾਇਕੁਜੀ ਕੀਫਤੇ দোਸਤ ਮਹਿੰਦਰਜੀਤ ਸਿੰਘ ਤੁਸੀਂ ਦੇਖ ਰਹੇ ਹੋ ਟੂਰਿਸਟਲ ਇੰਡੀਆ ਇੰਸਟਾਗ੍ਰam ਫੇਸਬੁਕ ਤੇ YouTube ਚੈਨਲ ਆਪਣੀ ਵੀਡੀਓ ਹੁੰਦੀ ਹੈ ਕਿਆਊ ਐਨਏ ਯਾਨੀ ਕਿ ਕੁਐਸਚਨ ਤੇ ਉਤਰ ਤੁਸੀਂ ਕਮੈਂਟ ਦੇ ਰੂਪ ਵਿੱਚ ਮੈਨੂੰ ਸਵਾਲ ਕਰ ਦਿਓ ਤਾਂ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਚ ਤਿਆ ਨਾ ਹੁਣਾ ਇਹ ਵੀਡੀਓ ਹਰ ਰੋਜ਼ ਰਾਤ ਨੂੰ 8:30 ਵਜੇ YouTube ਤੋਂ ਰਿਲੀਜ਼ ਹੁੰਦੀ ਹੈਗੇ ਸੋ ਕਮੈਂਟਸ ਬਹੁਤ ਜ਼ਿਆਦਾ ਹੁੰਦੇ ਨੇ ਸਾਰੇ ਕਮੈਂਟਸ ਇਸ ਪ੍ਰੋਗਰਾਮ ਵਿੱਚ ਨਹੀਂ ਸ਼ਾਮਲ ਕੀਤੇ ਜਾ ਸਕਦੇ ਕਿਉਂਕਿ ਟਾਈਮ ਦਾ ਧਿਆਨ ਰੱਖਣਾ ਪੈਂਦਾ ਹੈਗਾ ਸੋ ਜਿੰਨੇ ਕ ਵੈਲਿਊਏਬਲ ਕਮੈਂਟਸ ਹੁੰਦੇ ਨੇ ਜਿਨ੍ਹਾਂ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਹੈਗਾ ਉਹ ਅਸੀਂ ਕਮੈਂਟ ਸ਼ਾਮਿਲ ਕਰਦੇ ਹੈਗੇ ਜਿਨ੍ਹਾਂ ਦੇ ਕਮੈਂਟ ਸ਼ਾਮਿਲ ਨਹੀਂ ਹੁੰਦੇ ਉਹਨੂੰ ਅਸੀਂ ਰਿਪਲਾਈ ਕਰਦੇ ਆਂ ਤੇ ਜਿਨ੍ਹਾਂ ਦੇ ਕਮੈਂਟ ਸ਼ਾਮਿਲ ਹੁੰਦੇ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਵੀ ਰਿਪਲਾਈ ਕਰਦੇ ਆਂ ਤੇ ਉੱਥੇ ਉਹਨਾਂ ਨੂੰ ਲਿਖ ਦਿੰਦੇ ਆਂ ਕਿ ਇਸ ਕਯੂਏ ਨੇ ਨੰਬਰ ਦੇ ਵਿੱਚ ਤੁਹਾਡਾ ਕਮੈਂਟ ਸ਼ਾਮਿਲ ਕੀਤਾ ਗਿਆ ਹੈਗਾ ਅਸੀਂ ਹਰ ਇੱਕ ਕਯੂਏ ਨੇ ਨੂੰ ਇੱਕ ਨੰਬਰ ਦੰਦੇ ਹੈਗੇ ਆ ਠੀਕ ਹੈ ਸੋ ਜਦੋਂ ਤੁਹਾਡਾ ਅਸੀਂ ਕਮੈਂਟ ਪਿਕਟ ਕਰਦੇ ਹੈਗੇ ਆ ਕਾਸੀ ਤੁਹਾਨੂੰ ਕਮੈਂਟ ਰਿਪਲਾਈ ਕਰਦੇ ਆ ਸੋ ਤੁਸੀਂ ਆਪਦਾ ਵੀਡੀਓ ਦੇਖ ਕੇ ਵੀਡੀਓ ਤੇ ਲਿਖ ਕਮੈਂਟ ਦੇ ਕੇ ਠੀਕ ਹੈ ਜੀ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਕਮੈਂਟ ਪਿਕ ਹੋਇਆ ਜਾਂ ਨਹੀਂ ਹੋਇਆ ਜਿਨ੍ਹਾਂ ਦਾ ਕਮੈਂਟ ਪਿਕ ਨਹੀਂ ਹੁੰਦਾ ਉਹਨਾਂ ਨੂੰ ਰਿਪਲਾਈ ਨਹੀਂ ਆਉਂਦਾ ਉਹਨਾਂ ਨੂੰ ਸਿੰਪਲ ਰਿਪਲਾਈ ਆਉਂਦਾ ਹੈ ਤੇ ਜਿਹੜਾ ਕਮੈਂਟ ਪਿਕ ਹੋ ਜਾਂਦਾ ਉਹਨਾਂ ਨੂੰ ਇਹ ਦੱਸ ਦਿੰਦੇ ਆ ਕਿ ਤੁਹਾਡਾ ਇਸ ਨੰਬਰ ਕਿਹਾ ਹੋਣੇ ਤੋਂ ਵਿੱਚ ਕਮੈਂਟ ਆਇਆ ਸੋ ਤੁਸੀਂ हो गया हो इन्हें नंबर देख के उस पूरा देख सकते हो अपने उसके लिए रोशन महमूद लिखते हैं हैलो सरदार जी नाइन दिसंबर दो हज़ार इक्की अपलाई किया पंद्रह दिसंबर बायोमैट्रिक न्यू प्रोसैसिंग टाइम इन पाकिस्तान थ्री सैवेंटी सिक्स डेज वैन आई अप्लाई दैन प्रोसैसिंग टाइम वाज थर्टी थ्री डे इन पाकिस्तान अब न्यू प्रोसैसिंग टाइम का इफेक्ट तो नहीं हो पाएगा देखिए रोशन जी अभी कुछ नहीं कहा जा सकता है ना प्रोसेसिंग टाइम कभी बढ़ जाता है कभी कम हो जाता है सो एदे बारे कुछ नहीं कह जा सकदा वेट करो ठीक है जी क्योंकि इंडिया च भी एदा ही हुंदा कई बारी प्रोसेसिंग टाइम बहुत ਘੱਟ ਹੋ ਜਾਂਦਾ ਕਈ ਮਰੀ ਬੱਜ ਜਾਂਦਾ ਹੈਗਾ सो वेट करो ਹੌਲੀ ਹੌਲੀ ਜਿਹੜਾ ਹੈਗਾ ਉਹ ਠੀਕ ਹੋਏਗਾ ਤੁਹਾਡਾ ਰਿਜ਼ਲਟ ਆ ਸਕਦਾ ਹੈਗਾ सो वेट कर लो شاہ일 ملک लिख देना सर टूरिस्ट वीजा पर वर्क कितना मिलेगा टूरिस्ट वीजा पे देखो ਤੁਸੀਂ ਐਦਾ ਨਹੀਂ ਹੈਗੇ ਲੀਗਲੀ ਕੰਮ ਕਰ ਸਕਦੇ ਹੋ ਜੀ ਟੂਰਿਸਟ ਵੀਜ਼ਾ 'ਤੇ ਬਿਲਕੁਲ ਹੀ ਕੰਮ ਨਹੀਂ ਕਰ ਸਕਦੇ ਹਾਂ ਟੂਰਿਸਟ ਵੀਜ਼ਾ 'ਤੇ ਆਪ ਕੈਸ਼ 'ਤੇ ਕੰਮ ਲੁਕਸ਼ਿਪ ਕੇ ਜਰੂਰ ਕਰ ਸਕਤੇ ਬਹੁਤ ਲੋਕ ਕਰਦੇ ਹਨ ਪਰ ਲਿਗਲੀ ਕੰਮ ਨਹੀਂ ਕਰ ਸਕਤੇ ਤੁਸੀਂ ਲੁਕਸ਼ਿਪ 'ਤੇ ਕੰਮ ਕਰਨਾ ਜਿੰਨਾ ਮਰਜੀ ਕਰ ਲਓ ਫਿਰ ਕੀ ਟੈਨਸ਼ਨ ਹੈ ਸਿੰਘ ਲਿਖਦੇ ਨੇ ਸਰ ਜੀ ਕੈਨੇਡਾ ਵੀਜ਼ਰ ਵੀਜ਼ਾ ਨਿਊ ਪੋਰਟਲ ਐਨ 올ਡ ਪੋਰਟ ਵਿੱਚ ਕੀ ਫਰਕ ਹੈ ਅੰਡਾ ਕਿਸ ਪਰਸਨ ਲਈ ਕਿਹੜਾ ਸਹੀ ਰਹਿੰਦਾ ਜੀ ਦੇਖੋ ਜੀ ਨਿਊ ਤੇ ਪੁਰਾਣੇ ਦੇ ਵਿੱਚ ਫਰਕ ਇਹ ਹੈ ਕਿ ਜਿਹੜਾ ਨਿਊ ਪੋਰਟਲ ਹੈਗਾ ਉਹ ਸਪੈਸ਼ਲੀ ਬਣਾਇਆ ਸੀ ਜਿਨ੍ਹਾਂ ਦੇ ਰਿਲੇਟਿਵ ਉੱਥੇ ਹੈਗੇ ਨੇ ਇਮੀਡੀਟ ਫੈਮਿਲੀ ਮੈਂਬਰ ਨੇ ਕਿਉਂਕਿ ਨਿਊ ਪੋਰਟਲ ਦੇ ਵਿੱਚ ਡਾਕੂਮੈਂਟ ਬਹੁਤ ਘੱਟ ਲੱਗਦੇ ਨੇ ਸੋ ਜੇ ਜਿਹੜਾ ਬੰਦੇ ਦਾ ਉੱਥੇ ਕੋਈ ਹੈ ਨਹੀਂ ਜਿਹਨੂੰ ਆਪਦੇ ਪੇਪਰਾਂ ਦੇ ਵੀਜ਼ਾ ਲਾਣਾ ਹੈਗਾ ਸੋ ਉਹਨੂੰ ਪੇਪਰ ਲਾਉਣ ਵਾਸਤੇ ਵੀ ਸਪੇਸ ਚਾਹੀਦੀ ਹੈ ਤੁਸੀਂ ਪੁਰਾਣੇ ਪੋਰਟਲ ਦੇ ਵਿੱਚ ਆਪਣੀ ਮਰਜ਼ੀ ਮੁਤਾਬਕ ਪੇਪਰ ਲਗਾ ਸਕਦੇ ਹੋ ਪਰ ਨਵੇਂ ਪੋਰਟਲ ਦੇ ਵਿੱਚ ਪੇਪਰ ਘੱਟ ਲੱਗਦੇ ਨੇ ਠੀਕ ਹੈ ਬਾਕੀ ਟਾਈਮ ਦਾ ਕੋਈ ਚੱਕਰ ਨਹੀਂ ਹੈ ਪੁਰਾਣੇ ਪੋਰਟਲ ਦੇ ਵਿੱਚ ਵੀ ਰਿਜ਼ਲਟ ਉਨੇ ਟਾਈਮ ਦਾ ਆ ਜਾਂਦਾ ਨਵੇਂ ਜਿਵੇਂ ਨਹੀਂ ਚ ਆ ਜਾਂਦਾ ਹੈ The music channel, like Denizel, sir. I work for government of Uttar Pradesh since last six years. I'm 30 year old, I have all the documents as you mentioned, but do not have any travel history on my passport. Is there any chances to Canada tourist visa? One more thing I would like to ask: how can I increase my visa chances? Uh, whether I apply loan to tourist visa or with family. I have one son and wife, which would be good uh, idea. देखिए जी जो वीज़ा रहता है वो आपकी प्रोफाइल पे डिपेंड करता है आप बोल रहे हैं कि आपकी गवर्नमेंट जॉब है गवर्नमेंट जॉब है तो सैलरी भी अच्छी होगी तो आपके चांसेस हैं ये कुछ जरूरी नहीं होता कि ट्रैवल हिस्ट्री होने के बाद ही वीज़ा लगता है ट्रैवल हिस्ट्री के बिना भी वीज़ा लग जाता है यदि आपकी प्रोफाइल अच्छी है तो लग जाता है हाँ आपने पूछा कि विद फैमिली करूँ या अकेला कर लूँ अकेले करेंगे तो ज़्यादा चांसेज हैं अकेले कर लीजिए वीज़ा आ जाएगा आप हमें भी कॉन्टैक्ट कर सकते हैं सारा ऑनलाइन प्रोसेस है आप कहीं पर भी हो आप हमारी सर्विस ले सकते हो आप इंडिया में हो इंडिया से बाहर हैं तो आप हमारी सर्विस ले सकते हैं आप अपने जो पेपर हैं जो हम आपको बताएंगे वो हमें ऑनलाइन सेंड कर सकते हैं और हम आपका वीज़ा अप्लाई करेंगे जहाँ पे आपको वहीं पे आपका बायोमेट्रिक करवा देंगे वहीं पे आपका पासपोर्ट स्टैंप करवा देंगे तो कोई इशू नहीं है आपका वीज़ा अप्लाई कर देंगे हम जाहद आवास शाही लिखते हैं हेलो भाजी मैं पहला भी कमेंट किया बट तुम क्या हुए मैंने भी जवाब नहीं दिता ਹੋਣ ਜ਼ਰੂਰ ਜਵਾਬ ਦਿਓ ਮੈਂ ਸਾਊਦੀ ਅਰਬ ਚ ਕੰਮ ਕਰਦਾ ਜੀ ਆ ਇੰਡੀਅਨ ਰੁਪਈ ਮਨਥਲੀ 2 ਲੱਖ 6000 ਸੈਲਰੀ ਹੈ ਜੀ ਠੀਕ ਹੈ ਜੀ ਮੇਰੀ ਸੈਲਰੀ ਮੇਰੇ ਬੈਂਕ ਅਕਾਊਂਟ ਵਿੱਚ ਆਂਦੀ ਹੈ ਜੀ ਬੈਂਕ ਸਟੇਟਮੈਂਟ ਆ ਤੁਹਾਡੇ ਦੱਸੇ ਹੋਏ ਤਰੀਕੇ ਨਾਲ ਆਨਲਾਈਨ ਆ ਪ੍ਰੋਸੈਸਿੰਗ ਕਰ ਰਹੇ ਹਾਂ ਜੀ ਹਰ ਮਹੀਨੇ 1.5 ਲੱਖ ਰੁਪੀਜ਼ ਬੈਂਕ ਚ ਰਹਿਮ ਦਿੰਦਾ ਜੀ 6 ਮਨ ਤੋਂ 10 ਲੱਖ ਇੰਡੀਅਨ ਰੁਪਈ ਬੈਲੈਂਸ ਹੋ ਜਾਏਗਾ ਜੀ ਮੇਰੇ ਮੈਂ ਦੋ ਕਾਰ ਵਰਤ 30000 ਸਾਊਦੀ ਅਰਬ ਰਿਆਲ ਹੋਣ ਕਰਦਾ ਸਾਊਦੀ ਵਿੱਚ ਮੇਰਾ ਅੱਜ ਤੋਂ ਪਹਿਲਾਂ ਕੋਈ ਕੰਟਰੀ ਵਿਜ਼ਿਟ ਨਹੀਂ ਕੀਤਾ ਬਟ ਹੁਣ ਕੈਨੇਡਾ ਲਈ ਟਰਾਈ ਕਰਨਾ ਚਾਹੁੰਦਾ ਜੀ ਬਟ ਪ੍ਰੋਫਾਈਲ ਦੇਖ ਕੇ ਕਿੰਨੇ ਪਰਸੈਂਟ ਚਾਂਸਸ ਨੇ ਜਾਇਬ ਸਾਹਿਬ ਤੁਸੀਂ ਬਹੁਤ ਵਧੀਆ ਚਾਂਸਸ ਨੇ ਜਿਹੜਾ ਵੀਜ਼ਾ ਹੁੰਦਾ ਹੈ ਨਾ ਜੇ ਤੁਸੀਂ ਕਿਤੇ ਬਾਹਰ ਕੰਮ ਕਰਦੇ ਹੋ ਤੁਹਾਡੀ ਇਨਕਮ ਤੇ ਡਿਪੈਂਡ ਕਰਦਾ ਹੈ ਇਨਕਮ ਤੇ ਕਿਉਂ ਅੰਬੈਸੀ ਇਹ ਦੇਖਦੀ ਹੈ ਕਿ ਤੁਸੀਂ ਜਿੱਥੇ ਹੈਗੇ ਹੋ ਵਧੀਆ ਕਮਾ ਰਹੇ ਹੋ ਭਾਈ ਇਹ ਤਾਂ ਨਹੀਂ ਕਿ ਤੁਸੀਂ ਤੁਸੀਂ ਕੈਨੇਡਾ ਆਉਂਗੇ ਉੱਥੇ ਰੁਕ ਜਾਓਗੇ ਠੀਕ ਹੈ ਸੋ ਜਿੰਨਾ ਇੱਕ ਬੰਦਾ ਕੈਨੇਡਾ ਚ ਜਾ ਕੇ ਵੀ 2.5 2.5 ਲੱਖ ਰੁਪਏ ਕਮਾਉਂਦਾ ਹੁੰਦਾ ਐਨੇ ਕਿ ਤੁਸੀਂ ਇੱਥੇ ਕਮਾ ਰਹੇ ਹੋ ਤੁਹਾਡੇ ਚਾਂਸਸ ਜਿਹੜੇ ਹੈਗੇ ਨੇ ਉਹ ਜ਼ਿਆਦਾ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਵੀਜ਼ਾ ਮਿਲ ਜਾਏਗਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਉਸੇ ਸਾਨੂੰ ਦੱਸ ਦਾਂਗੇ ਕਿਹੜੇ-ਕਿਹੜੇ ਤੁਹਾਨੂੰ ਪੇਪਰ ਚਾਹੀਦੇ ਤੁਸੀਂ ਸਾਨੂੰ ਆਨਲਾਈਨ ਪੇਪਰ ਸੈਂਡ ਕਰ ਸਕਦੇ ਹੋ ਤੇ ਅਸੀਂ ਤੁਹਾਡਾ ਵੀਜ਼ਾ ਅਪਲਾਈ ਕਰ ਦਿਆਂਗੇ ਜੀ ਅਮਨ ਢਾਲੀਵਾਲ ਲਿਖਦੇ ਨੇ ਸਰ ਮਿਸਟਰ ਵੀਜ਼ਾ ਤੇ ਜਾ ਕੇ ਵਰਕ ਪਰਮਿਟ ਕਿੰਨੇ ਟਾਈਮ ਵਿੱਚ ਮਿਲ ਜਾਂਦਾ ਹੈ ਜੀ ਕੀ ਮੈਂ ਕੈਨੇਡਾ ਜਾ ਕੇ 10 ਡੇਜ਼ ਆਫਟਰ ਵਰਕ ਪਰਮਿਟ ਲੈ ਸਕਦਾ ਪਲੀਜ਼ ਦੱਸਿਓ ਦੇਖੋ ਜੀ 10 ਡੇਜ਼ ਤਾਂ ਨਹੀਂ ਮਿਲਦਾ ਵਰਕ ਪਰਮਿਟ ਕਨਵਰਟ ਹੋ ਜਾਂਦਾ ਉਹਦਾ ਇੱਕ ਪ੍ਰੋਸੀਜਰ ਹੁੰਦਾ ਤੁਹਾਨੂੰ ਪਹਿਲਾਂ ਜੌਬ ਆਫਰ ਚਾਹੀਦੀ ਹੁੰਦੀ ਹੈ ਫਿਰ ਤੁਹਾਡੀ ਇੰਟਰਵਿਊ ਹੁੰਦੀ ਹੈ ਥੈਨ ਤੁਹਾਡਾ ਜਿਹੜਾ ਵਰਕ ਪਰਮਿਟ ਹੈਗਾ ਉਹ ਟੂਰਿਸਟ ਜੇ ਟੂਰਿਸਟ ਵੀਜ਼ਾ ਹੈਗਾ ਉਹ ਵਰਕ ਪਰਮਿਟ ਵਿੱਚ ਕਨਵਰਟ ਹੁੰਦਾ ਹੈ ਸੋ ਇਸ ਪ੍ਰੋਸੈਸ ਨੂੰ ਟਾਈਮ ਲੱਗ ਜਾਂਦਾ ਹੈਗਾ ਡਿਪੈਂਡ ਕਰਦਾ ਤੁਹਾਡੇ ਕੋਲ ਏਮਪਲਾਇਰ ਕਿੰਨੇ ਟਾਈਮ 'ਚ ਮਿਲਦਾ ਹੈ ਫਿਰ ਰਿਜ਼ਲਟ ਆਉਣ ਨੂੰ ਵੀ ਟਾਈਮ ਲੱਗ ਜਾਂਦਾ ਹੈਗਾ ਸੋ ਟਾਈਮ ਲੱਗ ਜਾਂਦਾ ਸੋ 10 ਡੇਸ ਦੇ ਵਿੱਚ ਪੋਸੀਬਲ ਨਹੀਂ ਹੁੰਦਾ ਅਮਰਿਕ ਸਿੰਘ ਲਿਖਦੇ ਨੇ ਸਾਸਿਕਲ ਭਾਜੀ ਮੈਂ ਸਕੈਚ 1 ਇਮੀਗ੍ਰੇਸ਼ਨ ਲਈ ਫਾਈਲ ਲਗਾਨੀ ਹੈ ਪਲੀਜ਼ ਮੈਨ ਤਿੰਨ ਕਨਫਿਊਜ਼ਨ ਨੇ ਕਲੀਅਰ ਕਰਿਓ ਮੈਂ ਹਿਸਟਰੀ ਆਰਟ ਵਿੱਚ ਬੈਚਲਰ ਡਿਗਰੀ ਤੇ ਡੀਜ਼ਲ ਮਕੈਨਿਕ ਵਿਚ 1 ਸਾਲ ਦਾ ਡਿਪਲੋਮਾ ਵੀ ਹੈ ਆ ਕਿ ਮੇਰੇ ਦੋਨੋਂ ਕੁਆਲੀਫਿਕੇਸ਼ਨ ਦੇ ਪੁਆਇੰਟ ਜੁੜਨਗੇ एग्जांपल ਬੈਚਲਰ ਦੇ ਤੇ ਡਿਪਲੋਮੇ ਦੇ ਸਰ ਮੈਨੂੰ 2 ਸਾਲ ਦਾ ਡਰਾਈਵਿੰਗ ਦਾ ਐਕਸਪੀਰੀਅੰਸ ਹੈ ਕਿ ਮੈਂ ਸਕਿਚ ਬੰਦੀ ਵਰਕ ਐਕਸਪੀਰੀਅੰਸ ਕੈਟਾਗਰੀ ਏ ਬੀ ਨੂੰ ਮਿਲਾ ਕੇ ਐਕਸਪੀਰੀਅੰਸ ਦਾ ਬੈਨੀਫਿਟ ਮਿਲੂਗਾ ਹਿਸਾਬ ਨਾਲ ਮੇਰੇ 10 ਤੋਂ 15 ਪੁਆਇੰਟ ਬੰਦੇ ਨੇ ਪਲੀਜ਼ ਤੁਸੀਂ ਇੱਕ ਵਾਰ ਸਕੈਚਮੈਂਦੀ ਇਮੀਗ੍ਰੇਸ਼ਨ ਸਾਈਟ ਤੇ ਅਸੈਸਮੈਂਟ ਐਲੀਜੀਬਿਲਟੀ ਦੇਖ ਸਕਦੇ ਹੋ ਤੇ ਇਹ ਮੈਨੂੰ ਦੱਸਿਓ ਦੇਖੋ ਜੀ ਤੁਸੀਂ ਅਮਰਿਕ ਸਿੰਘ ਜੀ ਮੈਨੂੰ ਡਾਇਰੈਕਟਲੀ ਫੋਨ ਕਰ ਲਿਓ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਜਿਹੜਾ ਹੈਗਾ ਸਾਰਾ ਕੁਝ ਦੱਸ ਦੂੰਗਾ ਇੱਥੇ ਪੂਰਾ ਕਿਉਂਕਿ ਇਸ ਜਿਹੜੇ ਪ੍ਰੋਗਰਾਮ ਦੇ ਵਿੱਚ ਆਪਾਂ ਲਿਮਟਿਡ ਜੀ ਗੱਲ ਕਰਦੇ ਹੁੰਦੇ ਹੈਗੇ ਠੀਕ ਹੈ ਜੀ ਸੋ ਟਾਈਮ ਜ਼ਿਆਦਾ ਲੱਗ ਜਾਂਦਾ ਹੈਗਾ ਸੋ ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਲਿਓ ਮੈਂ ਤੁਹਾਨੂੰ ਉੱਥੇ ਤੁਹਾਡੇ ਹਰ ਇੱਕ ਸਵਾਲ ਦਾ ਜਿਹੜਾ ਜਵਾਬ ਉਹ ਦੇ ਦੂੰਗਾ ਜੀ ਅਮਰਤ ਦੇਓ ਲਿਖਦੇ ਨੇ ਫਾਈਲ ਪੇਪਰ ਤੋਂ ਬਾਅਦ ਬਾਇਓਮੈਟ੍ਰਿਕ ਕਿੰਨੇ ਦਿਨ ਬਾਅਦ ਮਿਲ ਜਾਂਦੇ ਨੇ ਜੀ ਦੇਖੋ ਬਾਇਓਮੈਟ੍ਰਿਕ ਜਿਹੜੇ 10 ਡੇਜ਼ ਦੇ ਵਿੱਚ ਮਿਲ ਜਾਂਦੇ ਨੇ ਜਦੋਂ ਤੁਹਾਡਾ ਬਾਇਓਮੈਟ੍ਰਿਕ ਸੈਕਸ਼ਨ ਲੈਟਰ ਜਨਰੇਟ ਹੋ ਜਾਂਦਾ ਜੀ ਦਪਿੰਦਰ ਸਿੰਘ ਲਿਖਦੇ ਨੇ ਆਈ ਐਮ 52 ਇਅਰ ਏਜ਼ ਵਾਟ ਟਾਈਪ ਆਈ ਵਾਂਟ ਕੋ ਕੈਨੇਡਾ ਦੇਖੋ ਜੀ ਦਪਿੰਦਰ ਜੀ ਏਜ ਮੈਟਰ ਨਹੀਂ ਕਰਦੀ ਤੁਸੀਂ ਜੇ ਤੁਹਾਡੀ ਖੜੀ ਉਮਰ 52 ਸਾਲ ਹੈਗੀ ਹੈ ਤਾਂ ਤੁਸੀਂ ਟੂਰਿਸਟ ਵੀ ਅਪਲਾਈ ਕਰ ਸਕਦੇ ਹੈਗੇ ਜੀ ਟੂਰਿਸਟ ਵਾਸਤੇ ਤੁਹਾਨੂੰ ਆਪਦੀ ਪੇਪਰ ਵੀ ਜਿਹੜੇ ਹੈਗੂ ਨਾਲ ਨਾਲ ਦਿਖਾਣੇ ਪੈਣਗੇ ਵਧੀਆ ਪੇਪਰ ਦਿਖਾਣੇ ਪੈਣਗੇ ਤੁਸੀਂ ਵੀਜ਼ਾ ਲੈ ਸਕਦੇ ਹੋ ਇਸ਼ਾਦ ਖਾਨ ਫਿਟਨੈਸ ਗੇਨ ਲਿਖਦੇ ਨੇ ਸਰ ਕੈਨੇਡਾ ਮੇਂ ਵਰਕ ਪਰਮਿਟ ਵੀਜ਼ਾ ਕੀ ਮਿਨਿਮਮ ਏਜ ਕਿਤਨੀ ਹੁੰਦੀ ਹੈ 21 ਸਾਲ 21 ਸਾਲ ਤੋਂ ਬਾਅਦ ਤੁਸੀਂ ਵਰਕ ਕਰ ਸਕਦੇ ਹੈਗੇ ਹੋ ਜੀ ਬਟ ਦੇਖੋ ਵਰਕ ਪਰਮਿਟ ਵਾਸਤੇ ਥੋੜੀ ਜਿਹੜੀ ਏਜ ਹੈ ਯਾਨੀ ਕਿ ਥੋੜੀ ਜਿਹੜੀ ਕੁਆਲਿਫਿਕੇਸ਼ਨ ਪਲੱਸ 2 ਉਸ ਤੋਂ ਬਾਅਦ ਘੱਟੋ ਘੱਟ ਤੁਹਾਨੂੰ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਸੀਂ ਇਹ ਆਪਣੇ ਆਪ ਕੈਲਕੂਲੇਟ ਕਰ ਸਕਦੇ ਹੋ ਇਸ਼ਵਾਕ ਪਰਮਾ ਲਿਖਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਰ ਜੇ ਫੰਕਸ਼ਨ ਡੇਟ ਜਿਸ ਬੇਸ ਤੇ ਫਾਈਲ ਲਗਾਈ ਹੋਵੇ ਡੀ ਲੰਕੀ ਹੋਵੇ ਕੀ ਚਾਂਸਸ ਨੇ ਕੋਈ ਦਿੱਕਤ ਨਹੀਂ ਜੀ ਨਿਕਲ ਵੀ ਗਈ ਹੋਵੇ ਜੇ ਤੁਹਾਡੀ ਪ੍ਰੋਫਾਈਲ ਚੰਗੀ ਹੈ ਤਾਂ ਵੀਜ਼ਾ ਆ ਸਕਦਾ ਜਸਵੀਰ ਸਿੰਘ ਲਿਖਦੇ ਨੇ ਸਰ ਮੈਂ ਕੈਨੇਡਾ ਅਪਲਾਈ ਕਰਨਾ ਵਾ ਮੈਂ ਤੇ ਮੇਰੀ ਵਾਈਫ ਅਕਾਊਂਟ ਜੁਆਇੰਟ ਹੈ ਜੀ ਮੇਰੀ ਲੋਨ ਦੀ ਕਿਸ਼ਤ ਵੀ ਜੁਆਇੰਟ ਅਕਾਊਂਟ ਚ ਜਾਂਦੀ ਹੈ ਜੀ ਪ੍ਰੋਫਿਟ ਵਧੀਆ ਬਣਾਇਆ ਹੈ ਜੁਆਇੰਟ ਅਕਾਊਂਟ ਤੇ ਸਟੇਟਮੈਂਟ ਬਣਾ ਕੇ ਨਿਊ ਓਪਨ ਕਰਾਂ ਬੈਂਕ ਸਟੇਟਮੈਂਟ ਮੇਰੀ ਆਈਟੀਆਰ 6 ਲੱਖ ਦੀ ਹੈ ਵਾਈਫ ਦੀ 5 ਲੱਖ ਦੀ ਹੈ ਔਰ ਲੋਨ ਦੀ ਕਿ 37000 ਪਰਮਨੈਂਟ ਆਂਦੀ ਹੈ ਸਰ ਮੈਨੂੰ ਕਿੰਨਾ ਬੈਲੈਂਸ ਮੇਨਟੇਨ ਕਰਨਾ ਚਾਹੀਦਾ ਪਵੇਗਾ ਸਿੰਗਲ ਪਰਸਨਲੀ 6 ਲੱਖ ਦਾ ਬੈਲੈਂਸ ਜਿਹੜਾ ਹੈਗਾ ਬਹੁਤ ਹੈ ਔਰ ਤੁਹਾਡੀ ਆਈਟੀਆਰ ਵਧੀਆ ਹੈ ਕਿ ਜੀ ਤੁਹਾਡੀ ਐਲੀਜੀਬਿਲਟੀ ਬੰਦੀ ਹੈ ਤੁਸੀਂ ਜਸਵੀਰ ਜੀ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਕਿ ਸ਼ਿਆ ਲਿਖਦੇ ਨੇ ਸਰ ਮੇਰੇ ਇੱਕ ਫਰੈਂਡ ਯੂਰਪ ਡੌਂਕੀ ਲਗਾ ਕੇ ਆਇਆ ਹੈ ਗਾਇਆ ਤਾਂ ਅਬ ਉਸਕੇ ਪਾਸ ਸਪੇਨ ਕਾ 2 ਇਅਰ ਕਾ ਕਾਰਡ ਹੈ और 1200 यूरो सैलरी अकाउंट में आती है आफ्टर टैक्स बट कनाडा 5 ईयर बैक की हिस्ट्री मांगता है कोई चांस बन सकता है देखो जकर थोड़ा जेड़ा फ्रेंड हैगा वो डोंकी लाके गया होगा पर हुण उथे जेड़ा स्टेटस लीगल हैगा ता अप्लाई कर सकदा है बढ़िया सैलरी हैगी ओदी कोई दिक्कत नहीं अप्लाई कर सकदे हो ਤੁਸੀਂ लक्ष्य वैध लिखਦੇ ਨੇ सर आई जस्ट सब्सक्राइब यू ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਸ਼ਾਨਦਾਰ ਹੈ ਜੀ ਮੇਰਾ ਕੁਐਸਚਨ ਹੈ ਮੈਂ ਪੰਜਾਬ ਕੋਆਪਰੇਟਿਵ ਐਗਰੀਕਲਚਰ ਬੈਂਕ ਸਪੈਸ਼ਲੀ 8 ਸਾਲ ਤੋਂ এমਪਲਾਈ ਹਾਂ ਜੀ ਹੁਣ ਮੇਰੇ ਕੋਲ ਸਪੌਂਸਰਸ਼ਿਪ ਨਹੀਂ ਹੈ ਮੈਂ ਕੈਨੇਡਾ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦਾ ਜੀ ਕਿੰਨੇ ਫੰਡ ਸ਼ੋ ਕਰਨੇ ਪੈਂਦੇ ਨੇ ਮੇਰੇ ਮਦਰ ਔਰ ਵਾਈਫ ਫੰਡ ਸ਼ੋ ਹੋ ਸਕਦੇ ਨੇ ਤੇ ਪ੍ਰਾਪਰਟੀ ਵਿੱਚ ਮੇਰੀ ਪ੍ਰਾਪਰਟੀ ਨਾਲ ਵਾਈਫ ਦੀ ਪ੍ਰਾਪਰਟੀ ਸ਼ੋ ਹੋ ਸਕਦੀ ਹੈ ਜੀ ਫੰਡ ਵਿੱਚ ਕੀ ਕੀ ਸ਼ੋ ਹੋ ਸਕਦਾ ਹੈ ਜੀ ਸੇਵਿੰਗ ਕਰੰਟ ਸਰ ਮੈਂ ਪਹਿਲਾਂ ਕਦੇ ਫਾਰਮ ਨਹੀਂ ਗਿਆ ਜੀ ਕਿ ਮੈਨੂੰ ट्रैवल ਹਿਸਟਰੀ ਬਣਾਉਣ ਦੀ ਲੋੜ ਹੈ ਲਖਸ਼ਾ ਜੀ ਦੇਖੋ ਜਦੋਂ ਤੁਸੀਂ ਗਵਰਨਮੈਂਟ ਜੌਬ ਤੇ ਹੋਣੇ ਹੈਗੇ ਹੋ ਤੁਹਾਨੂੰ ट्रैवल ਹਿਸਟਰੀ ਦੀ ਜ਼ਰੂਰਤ ਨਹੀਂ ਹੁੰਦੀ ਜੇ ਤੁਹਾਡੀ ਇਨਕਮ ਚੰਗੀ ਹੈਗੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਵਿਦਾਊਟ ट्रैवल ਹਿਸਟਰੀ ਤੋਂ ਕਰ ਸਕਦੇ ਹੋ ਫੰਡ ਤੁਸੀਂ ਆਪਣੀ ਵਾਈਫ ਦੀ ਹੈਲਪ ਜਿਹੜੀ ਹੈਗੀ ਲੈ ਸਕਦੇ ਹੋ ਜੀ 5 ਤੋਂ 6 ਲੱਖ ਦਾ ਫੰਡ ਚਾਹੀਦਾ ਹੁੰਦਾ ਸੋ ਗਵਰਨਮੈਂਟ ਅਪਲਾਈ ਖਾਸ ਕਰਕੇ ਜਿਹੜੇ ਬੈਂਕਾਂ 'ਚ ਕੰਮ ਕਰਦੇ ਨੇ ਜੇ ਤੁਸੀਂ ਵਧੀਆ ਪੋਸਟ ਤੇ ਕੰਮ ਕਰਦੇ ਹੋ ਤੁਹਾਡੀ ਸੈਲਰੀ 40000 ਪਲੱਸ ਹੈ ਥੋੜੇ ਚਾਂਸਸ ਬੰਦੇ ਨੇ ਅਪਲਾਈ ਕਰ ਸਕਦੇ ਹੋ ਮਨਪ੍ਰੀਤ ਕਾਲ ਲਿਖਦੇ ਨੇ ਸਰ ਮੇਰੀ ਵਰਕ ਪਰਮਿਟ ਦੀ ਫਾਈਲ ਲੱਗੀ ਹੈ 스ਪਾ우스 ਕੇਸ ਹੈ ਮੇਰੇ ਹਸਬੰਡ ਕੈਨੇਡਾ ਹੈ ਬਟ ਮੇਰੀ ਫਾਈਲ 2 ਬਾਈਗਸਟ 2021 ਦੀ ਲੱਗੀ ਹੋਈ ਹੈ ਜਿਸ ਵਿੱਚ ਬਾਇਓਮੈਟ੍ਰਿਕ ਆਟੋਮੈਟਿਕਲੀ ਡਨ ਸ਼ੋ ਹੋ ਰਿਹਾ ਹੈ ਜੀ ਹਾਲੇ ਤੱਕ ਮੇਰਾ ਬਾਇਓਮੈਟ੍ਰਿਕ ਹੋਇਆ ਨਹੀਂ ਇਹ ਚੀਜ਼ ਨੂੰ 6 ਮੰਥ ਹੋ ਗਏ ਨੇ ਵੈਬ ਫਾਰਮ ਵੀ ਜਨਰੇਟ ਕੀਤਾ ਪਰ ਪ੍ਰੋਬਲਮ ਸੋਲਵ ਨਹੀਂ ਹੋਈ ਕੋਈ ਸਲੂਸ਼ਨ ਦੱਸਿਓ ਮਨਪ੍ਰੀਤ ਜੀ ਇਹ ਜਿਹੜੀ ਬਾਇਓਮੈਟ੍ਰਿਕ ਅਪਡੇਟ ਓਨਲੀ ਹੋਣ ਵਾਲੀ ਜਿਹੜੀ ਪ੍ਰੋਬਲਮ ਹੈ ਬਹੁਤ ਸਾਰੇ ਲੋਕਾਂ ਨੂੰ ਆਉਂਦੀ ਹੈ ਇਹ ਜਿਹੜਾ ਤੁਹਾਡਾ ਕੰਸਲਟੈਂਟ ਹੈ ਜੇ ਤੁਸੀਂ ਫਾਈਲ ਲਵਾਈ ਹੈ ਉਹੀ ਅੰਬੈਸਡਰ ਨਾਲ رابطہ ਕਾਇਮ ਕਰਕੇ ਮੇਲ ਦੁਆਰਾ ਜਾਂ ਵੈਬ ਫਾਰਮ ਦੁਆਰਾ ਤੁਹਾਡਾ ਸੋਲਵ ਕਰ ਸਕਦਾ ਹੈਗਾ ਜੀ ਉਸੇ ਕੋਲ ਜਾਓ ਉਹੀ ਤੁਹਾਡਾ ਜਿਹੜਾ ਹੈਗਾ ਹੱਲ ਕਰੇਗਾ ਹੱਲ ਹੋ ਜਾਂਦਾ ਹੈ ਟਾਈਮ ਲੱਗਦਾ ਹੈ ਨੋ ਡਾਊਟ ਇਸ ਜਿਹੜੀ ਪ੍ਰੋਬਲਮ ਆ ਜਾਂਦੀ ਹੈ ਇਹ ਕਈ ਵਾਰੀ ਰਿਮਾਈਂਡਰ ਜਿਹੜਾ ਅੰਬੈਸਡਰੀ ਨੂੰ ਦੇਣਾ ਪੈਂਦਾ ਹੈਗਾ ਕਈ ਚੀਜ਼ਾਂ ਫਾਲੋ ਕਰਨੀਆਂ ਪੈਂਦੀਆਂ ਨੇ ਠੀਕ ਹੋ ਜਾਂਦਾ ਪਰ ਟਾਈਮ ਲੱਗਦਾ ਸੋ ਤੁਸੀਂ ਵੇਟ ਕਰ ਲਿਓ ਪ੍ਰਵੀਨ ਕੁਮਾਰੀ ਲਿਖਦੇ ਨੇ ਸਰ ਪਲੀਜ਼ ਟੈਲ ਮੀ ਅਬਾਊਟ ਐਂਟਰਾ ਕੰਪਲੀਟ ਟ੍ਰਾਂਸਫਰ ਆਫ ਕੈਨੇਡਾ ਦੇਖੋ ਜੇ ਕੰਪਨੀ ਜੇ ਤੁਹਾਡੀ ਕੰਪਨੀ ਦੀ ਬ੍ਰਾਂਚ ਕੋਈ ਕੈਨੇਡਾ ਚ ਹੈਗੀ ਹੈ ਤਾਂ ਉਹ ਜਿਹੜੀ ਟ੍ਰਾਂਸਫਰ ਸਕੀਮ ਹੁੰਦੀ ਹੈਗੀ ਹਨ ਉਹ ਕਰ ਸਕਦੀ ਹੈ ਬਟ ਉਹ ਉਹੀ ਲੋਕ ਟ੍ਰਾਂਸਫਰ ਹੋ ਸਕਦੇ ਨੇ ਜਿਨ੍ਹਾਂ ਦੀ ਉਰੇ ਵੀ ਬ੍ਰਾਂਚ ਹੋਵੇ ਕੰਪਨੀ ਤੇ ਕੈਨੇਡਾ ਵੀ ਹੋਵੇ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਕੰਪਨੀ ਦੇ ਐਂਟ ਤੋਂ ਹੁੰਦਾ ਕੰਪਨੀ ਨੂੰ ਆਪਣੀ ਡਾਕੂਮੈਂਟੇਸ਼ਨ ਸ਼ੋ ਕਰਨੀ ਪੈਂਦੀ ਹੈ ਠੀਕ ਹੈ ਜੀ ਤੇ ਜਿਹੜੀ ਕੰਪਨੀ ਉੱਥੇ ਉਸ ਦੇ ਵੀ ਕੁਝ ਡਾਕੂਮੈਂਟ ਤੇ ਹੈਲਪ ਲੈਣੀ ਪੈਂਦੀ ਹੈ ਇਹ ਤਦ ਜਾ ਕੇ ਜਿਹੜਾ ਪ੍ਰੋਗਰਾਮ ਸਿਰੇ ਚੜਦਾ ਹੈ ਜੀ ਰਮੇਂਦਰ ਪੁਨੀਆ ਲਿਖਦ ਨੇ ਟੂਰਿਸਟ ਵੀਜ਼ਾ ਤੇ ਜਾ ਕੇ ਸਟੱਡੀ ਕਰ ਸਕਦੇ ਬਿਲਕੁਲ ਕਰ ਸਕਦੇ ਜੀ ਇਹ ਤੁਸੀਂ ਹਾਈਲਾਈਟਸ ਕੀਤਾ ਹੋਇਆ ਹੈਗਾ ਤੇ ਤੁਹਾਡੇ ਕੋਲ ਟੂਰਿਸਟ ਵੀਜ਼ਾ ਹੈਗਾ ਫਿਰ ਜਾ ਕੇ ਸਟੱਡੀ ਤੇ ਟਰਾਂਸਫਰ ਵੀਜ਼ਾ ਹੋ ਜਾਂਦਾ ਹੈ ਜੀ। ਰਾਵਲ ਲਫਤਾਬ ਲਿਖਦ ਨੇ ਸਰ ਮੇਰੀ ਕੰਪਨੀ ਸਪான்ਸਰ ਵਿਜ਼ਿਟ ਵੀਜ਼ਾ ਅਪਲਾਈ ਕਰਨਾ ਹੈ ਜੀ। ਸਰ ਮੈਂ ਕੰਪਨੀ ਸਪான்ਸਰ ਵੀਜ਼ਾ ਅਪਲਾਈ ਕਰਨਾ ਹੈ। ਮੈਂ ਜੀਸੀ ਕੀ 올ਡ ਪੋਰਟਰ ਵਿੱਚ ਅਪਲਾਈ ਕਰਨਾ ਚਾਹ ਰਿਹਾ ਹਾਂ ਹੁਣ। ਕੀ ਉਸ 'ਤੇ ਜ਼ਿਆਦਾ ਡਾਕੂਮੈਂਟ ਅਪਲੋਡ ਕਰ ਸਕਤੇ ਹਨ? कुछ लोग कहते हैं कि न्यू पोर्टल आई आर सी पोर्टल में अप्लाई करो देखो अवताभ जी यदि आपके पास कंपनी के स्पॉन्सर है डॉक्यूमेंट ज़्यादा है तो पुराने पोर्टल में कर लीजिए नए पुराने का कोई इशू नहीं है नया पोर्टल उन लोगों के लिए है जिनके पास डॉक्यूमेंटेशन कम है जिनको लगता है कि मेरी प्रोफाइल अच्छी है या मेरे रेलिटिव वहाँ पे है स्पॉन्सर है डॉक्यूमेंट कम की ज़रूरत है आप पुराने पोर्टल में लगाइए वीज़ा आ जाएगा रहीन साहब लिख हैं हेलो सर बिजनेस से कौन कौन से डॉक्यूमेंट होने ज़रूरी नहीं मेरे को ਉਨਾ ਜੋ ਕਰੰਟ ਅਕਾਊਂਟ ਹੀ ਹੈ ਬਿਜ਼ਨਸ ਦਾ ਬਿਜ਼ਨਸ ਵਾਸਤੇ ਸਰ ਬਿਜ਼ਨਸ ਵਾਸਤੇ ਤੁਹਾਡੇ ਬਿਜ਼ਨਸ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਤੁਹਾਡੀ ਬੈਂਕ ਸਟੇਟਮੈਂਟ ਕਰੰਟ ਅਕਾਊਂਟ ਦੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਆਈਟੀਆਰ ਹੋਣੀ ਚਾਹੀਦੀ ਹੈ ਵਧੀਆ ਟ੍ਰਾਂਜੈਕਸ਼ਨਸ ਹੋਣੇ ਚਾਹੀਦੀਆਂ ਨੇ ਤੁਸੀਂ ਕੰਮ ਕੀ ਕਰਦੇ ਹੋ ਕੰਮ ਦੇ ਮੁਤਲਕ ਜੇ ਤੁਸੀਂ ਕੋਈ ਕੰਟਰੈਕਟ ਬਰ ਲੈਂਦੇ ਹੋ ਤੁਹਾਡੇ ਕੋਲ ਕੰਟਰੈਕਟ ਵਰਕ ਆਰਡਰ ਆ ਪਰਚੇਜ ਆਰਡਰ ਹੋਣਾ ਜਾਂ ਕਿਸੇ ਨਾਲ ਕੋਈ ਕੰਟਰੈਕਟ ਹੋਇਆ ਹੋਵੇ ਸੋ ਇਹ ਪੇਪਰ ਹੁੰਦੇ ਨੇ ਡਾਕੂਮੈਂਟਸ ਇਹਨਾਂ ਪੇਪਰਾਂ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਦੋਸਤੋ ਇਹ ਤੁਹਾਡੇ ਕਮੈਂਟ ਸੀਗੇ ਯਾਨੀ ਕਿ ਤੁਹਾਡੇ ਸਵਾਲ ਤੇ ਮੇਰੇ ਜਵਾਬ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ ਮੇਰੀ ਕਿਸੇ ਵੀ ਵੀਡੀਓ ਤੇ ਕਮੈਂਟ ਕਰ ਸਕਦੇ ਹੋ ਉਸ ਕਮੈਂਟ ਦਾ ਜਵਾਬ ਅਗਲੀ ਵੀਡੀਓ ਜਰੂਰ ਮਿਲੇਗਾ ਪਰ ਕਮੈਂਟ ਅਸੀਂ ਵੈਲਿਊਏਬਲ ਕਮੈਂਟ ਹੀ ਸ਼ਾਮਲ ਕਰਦੇ ਹੈਗੇ ਆ ਨਾਰਮਲ ਕਮੈਂਟ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਅਸੀਂ ਸ਼ਾਮਲ ਨਹੀਂ ਕਰਦੇ ਪਰ ਉਹਨਾਂ ਦਾ ਰਿਪਲਾਈ YouTube ਤੇ ਜ਼ਰੂਰ ਕਰਦੇ ਹੈਗੇ ਆਂ ਸੋ ਤੁਸੀਂ ਕੋਈ ਆਪਦਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਕੇਸ ਅਪਲਾਈ ਕਰਨਾ ਚਾਹੁੰਦੇ ਹੋ ਸਕਰੀਨ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ